ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਪੁਲਿਸ ਅਕਸਰ ਹੀ ਆਪਣੇ ਸਖਤ ਰਵੱਈਏ ਕਾਰਨ ਜਾਣੀ ਜਾਂਦੀ ਹੈ, ਲੇਕਿਨ ਅੱਜ ਅਜਿਹੇ ਕਾਂਸਟੇਬਲ ਦੀ ਗੱਲ ਕਰਾਂਗੇ ਜੋ ਸਿਰਫ ਲੋਕਾਂ ਦੀ ਮਦਦ ਤਾਂ ਕਰਦਾ ਹੈ ਬਲਕਿ ਵਿਛੜੇ ਹੋਏ ਲੋਕਾਂ ਨੂੰ ਵੀ ਆਪਣੇ ਨਾਲ ਮਿਲਵਾਉਂਦਾ ਹੈ, ਜੋ ਕਿ ਪੰਜਾਬ ਪੁਲਿਸ ਦਾ ਕਾਂਸਟੇਬਲ ਅਜਾਇਬ ਸਿੰਘ ਉਰਫ ਗੋਲਡੀ ਹੈ, ਜਿਸ ਦੀ ਲਗਾਤਾਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਸਨੇ ਤੇਲੰਗਾਨਾ ਦੇ ਇੱਕ ਪਰਿਵਾਰ ਨੂੰ ਆਪਣੇ ਲੁਧਿਆਣਾ 'ਚ ਰਹਿੰਦੇ ਇੱਕ ਪਰਿਵਾਰਿਕ ਮੈਂਬਰ ਨਾਲ ਮਿਲਵਾਇਆ ਜੋ 2 ਸਾਲ ਤੋਂ ਉਹਨਾਂ ਤੋਂ ਵਿਛੜਿਆ ਹੋਇਆ ਸੀ, ਜੋ ਹੁਣ ਕਾਫੀ ਮਾਨਸਿਕ ਅਤੇ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਦੇਖ ਕੇ ਤੇਲੰਗਾਨਾ 'ਚ ਪਰਿਵਾਰ ਨੇ ਪੰਜਾਬ ਪੁਲਿਸ ਨਾਲ ਗੱਲਬਾਤ ਕਾਇਮ ਕਰਕੇ ਆਪਣੇ ਪਰਿਵਾਰਿਕ ਮੈਂਬਰ ਨੂੰ ਘਰ ਵਾਪਸ ਬੁਲਾਇਆ। ਪੰਜਾਬ ਪੁਲਿਸ ਦੇ ਕਾਂਸਟੇਬਲ ਅਜਾਇਬ ਸਿੰਘ ਉਰਫ ਗੋਲਡੀ ਨੇ ਦੱਸਿਆ ਕਿ ਉਹ ਪੁੱਲ ਹੇਠਾਂ ਬਜ਼ੁਰਗ ਨਾਲ ਅਕਸਰ ਹੀ ਮਿਲਦਾ ਸੀ, ਜਿਸ ਨੂੰ ਉਹ ਰੋਟੀ ਵੀ ਦਿੰਦੇ ਸਨ। ਇੱਕ ਦਿਨ ਉਹਨਾਂ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤੇ ਵੀਡੀਓ ਤੇਲੰਗਾਨਾ ਤੱਕ ਪਹੁੰਚ ਗਈ ਤੇ ਉਕਤ ਵਿਅਕਤੀ ਆਪਣੇ ਪਰਿਵਾਰ ਨਾਲ ਮਿਲ ਗਿਆ। ਇੰਨਾ ਹੀ ਨਹੀਂ, ਉਹਨਾਂ ਵੱਲੋਂ ਲੁਧਿਆਣਾ 'ਚ ਬੇਘਰ ਹੋਈਆਂ 3 ਲੜਕੀਆਂ ਦੀ ਵੀ ਮਦਦ ਕੀਤੀ ਗਈ। ਇਸ ਦੇ ਇਲਾਵਾ ਗੋਲਡੀ ਨੇ ਦੱਸਿਆ ਕਿ ਉਹ ਸਾਹਨੇਵਾਲ ਦੇ ਪਿੰਡ ਰਾਵਤ ਪਹੁੰਚੇ, ਜਿੱਥੇ 50 ਤੋਂ ਜ਼ਿਆਦਾ ਝੁੱਗੀਆਂ ਜਲ ਕੇ ਖਤਮ ਹੋ ਗਈਆਂ ਤੇ ਲੋਕ ਬੇਘਰ ਹੋ ਗਏ, ਜਿਨ੍ਹਾਂ ਦੀਆਂ ਝੁੱਗੀਆਂ ਫਿਰ ਤੋਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨੂੰ ਰਾਸ਼ਨ ਅਤੇ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਵੀ ਉਹਨਾਂ ਦੀ ਬਹੁਤ ਮਦਦ ਕਰਦੇ ਹਨ ਅਤੇ ਅਕਸਰ ਹੀ ਉਹਨਾਂ ਨੂੰ ਹੌਸਲਾ ਵੀ ਦਿੰਦੇ ਹਨ। ਜੀ ਬਿਲਕੁਲ, ਇੱਥੇ ਲੁਧਿਆਣਾ ਦੇ ਵਿੱਚ ਸਾਡੇ ਮਾਣਯੋਗ ਪੁਲਿਸ ਕਮਿਸ਼ਨਰ ਸਾਹਿਬ ਸ਼੍ਰੀ ਰਕੇਸ਼ ਅਗਰਵਾਲ ਜੀ ਨੇ ਕੋਵਿਡ-19 ਦੇ ਦੌਰਾਨ ਸਾਡੀਆਂ ਜਿਹੜੀਆਂ ਡਿਊਟੀਆਂ ਲਗਾਈਆਂ ਸੀ, ਅਸੀਂ ਜਿਹੜੇ ਲੋੜਵੰਦ ਪਰਿਵਾਰ ਸੀ, ਜਿਨ੍ਹਾਂ ਦਾ ਕੋਈ ਨਹੀਂ ਸਹਾਰਾ ਸੀਗਾ, ਬੇਸਹਾਰਾ ਸੀਗੇ, ਜਿਨ੍ਹਾਂ ਦਾ ਘਰ ਬਾਰ ਨਹੀਂ ਆ, ਰੋਡਾਂ ਦੇ ਉੱਤੇ ਸੌਂਦੇ ਰਹਿੰਦੇ ਆ, ਉਹਨਾਂ ਨੂੰ ਅਸੀਂ ਡੇਲੀ ਸ਼ਾਮ ਸਵੇਰ ਜਿਹੜਾ ਖਾਣਾ ਪ੍ਰੋਵਾਈਡ ਕਰਵਾਉਂਦੇ ਸੀਗੇ। ਔਰ ਉਹਦੇ ਚੱਲਦੇ ਅਕਸਰ ਹੀ ਅਸੀਂ ਜਿਹੜੇ ਇੱਦਾਂ ਦੇ ਬੇਸਹਾਰਾ ਲੋਕ ਹੁੰਦੇ, ਉਹਨਾਂ ਦੀਆਂ ਵੀਡੀਓ ਜਿਹੜੀਆਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਰਹਿੰਦੇ ਹਾਂ, ਤਾਂ ਜੋ ਕੋਈ ਇਹਨਾਂ ਦਾ ਪਰਿਵਾਰਕ ਮੈਂਬਰ ਜਾਂ ਕੋਈ ਰਿਸ਼ਤੇਦਾਰ ਵੀਡੀਓ ਨੂੰ ਵੇਖੇ ਅਤੇ ਇਹਨਾਂ ਨੂੰ ਪਹਿਚਾਣ ਸਕੇ, ਤਾਂ ਜੋ ਇਹ ਸਹੀ ਸਲਾਮਤ ਜਿਹੜਾ ਆਪਣੇ ਘਰ ਵਾਪਸ ਚਲੇ ਜਾਣ। ਉਹਦੇ ਚੱਲਦੇ ਅਸੀਂ ਜਿਹੜੀ ਉਹ ਜਿਹੜੇ ਬਾਪੂ ਜੀ ਸੀ, ਉਹਨਾਂ ਦੀ ਵੀ ਜਿਹੜੀ ਵੀਡੀਓ ਅਸੀਂ ਜਿਹੜੀ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀ, ਔਰ ਪੂਰੀ ਸੰਗਤ ਵੱਲੋਂ ਜਿਹੜੀ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕੀਤਾ ਗਿਆ। ਇੰਨਾ ਸ਼ੇਅਰ ਕੀਤਾ ਗਿਆ ਕਿ ਇੱਥੋਂ 1000 ਕਿਲੋਮੀਟਰ ਦੂਰ ਤੇਲੰਗਾਨਾ ਦੇ ਵਿੱਚ ਉਹਦੇ ਪਰਿਵਾਰ ਵੱਲੋਂ ਜਿਹੜੀ ਉਹ ਵੀਡੀਓ ਦੇਖੀ ਗਈ, ਉਹਨਾਂ ਦੇ ਪਰਿਵਾਰ ਨੇ ਜਿਹੜਾ ਪੁਲਿਸ ਦੇ ਨਾਲ ਤੇਲੰਗਾ ਪੁਲਿਸ ਦੇ ਨਾਲ ਜਿਹੜਾ ਰਾਬਤਾ ਕਾਇਮ ਕੀਤਾ, ਉਹਦੇ ਚੱਲਦੇ ਉੱਥੋਂ ਦੇ ਜਿਹੜੇ SHO ਸਾਹਿਬ ਨੇ ਮੇਰੇ ਨਾਲ ਗੱਲ ਕੀਤੀ, ਮੈਂ ਆਪਣੇ ਸੀਨੀਅਰ ਅਫਸਰਾਂ ਦੇ ਨਾਲ ਗੱਲ ਕੀਤੀ, ਉਸ ਤੋਂ ਬਾਅਦ ਅਸੀਂ ਜਿਹੜੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜ਼ਰੂਰ ਆਓ ਇੱਥੇ ਲੁਧਿਆਣਾ ਦੇ ਵਿੱਚ, ਅਸੀਂ ਤੁਹਾਡੇ ਖਾਣ ਪੀਣ ਦਾ ਰਹਿਣ ਦਾ ਜਿਹੜਾ ਇੰਤਜ਼ਾਮ ਸਾਡੀ ਲੁਧਿਆਣਾ ਪੁਲਿਸ ਵੱਲੋਂ ਜਿਹੜਾ ਤੁਹਾਡਾ ਕੀਤਾ ਜਾਊਗਾ, ਤੁਸੀਂ ਇੱਥੇ ਆਓ। ਅਤੇ ਉਹਦੇ ਚੱਲਦੇ ਉਹ ਆਏ ਸੀ ਅਤੇ ਉਹਨਾਂ ਨੇ ਜਿਹੜਾ ਆਪਣੇ ਪਿਤਾ ਜੀ ਨੂੰ ਮਿਲੇ, ਅਤੇ ਉਹ ਜਿਹੜਾ ਕਾਫੀ ਸਾਲਾਂ ਤੋਂ ਵਿਛੜਿਆ ਉਹਨਾਂ ਦਾ ਪਿਤਾ ਸੀ, ਜਿਹਦੀ ਅਸੀਂ ਵੀਡੀਓ ਪੋਸਟ ਕੀਤੀ ਸੀ, ਉਹਦੇ ਚੱਲਦੇ ਉਹ ਵਾਪਸ ਆਪਣੇ ਪਿਤਾ ਨੂੰ ਜਿਹੜਾ ਘਰ ਲੈ ਗਏ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।